18 ਅਕਤੂਬਰ ਦਾ ਮਾਨਵ ਢਿੱਲੋਂ ਦਾ ਬਰਥਡੇ ਸੀ ਕਿੱਥੇ ਢਿੱਲੋਂ ਪਰਿਵਾਰ ਨੇ ਖੁਸ਼ੀਆਂ ਮਨਾਉਣੀਆਂ ਤੇ ਅੱਜ ਸੂ ਬਣਾ ਰਿਹਾ ਤੇ ਪਰਿਵਾਰ ਲਈ ਦਰਦਰ ਧੱਕੇ ਖਾ ਰਿਹਾ ਆਪਣਾ ਘਰ ਪਰਿਵਾਰ ਛੱਡ ਕੇ ਸੜਕਾਂ ਦੇ ਧੱਕੇ ਖਾ ਰਹੇ ਹਾਂ ਕੈਂਡਲ ਮਾਰਚ ਕਰ ਰਹੇ ਹਾਂ ਉਹਨਾਂ ਦੇ ਇਨਸਾਫ ਦੀ ਅਸੀਂ ਦਿਨ ਰਾਤ ਇੱਕ ਕੀਤਾ ਹੋਇਆ ਜਦੋਂ ਤੁਸੀਂ ਦੋ ਬੰਦੇ ਤੁਰੋਗੇ ਨਾ ਚਾਰ ਹੁੰਦਾ ਹੁਣ ਲਈ ਕਾਫਲਾ ਬਣਦਾ ਕਾਫਲਾ ਖੜਾ ਤੁਹਾਡੇ ਸਾਹਮਣੇ ਕਾਫਲਾ ਬਣਿਆ ਔਰ ਇਹ ਚੀਜ਼ ਅੱਗੇ ਜਾਣੀ ਆ ਢਿੱਲੋਂ ਭਰਾਵਾਂ ਦੇ ਪਰਿਵਾਰ ਨੇ ਜਲੰਧਰ ਵਿੱਚ ਕੈਂਡਲ ਮਾਰਚ ਕੱਢਿਆ ਦੱਸਦੀ ਹੈ ਕਿ ਕੱਲ ਮਾਨਵ ਢਿੱਲੋਂ ਦਾ ਜਨਮ ਦਿਨ ਸੀ ਅਤੇ ਪਰਿਵਾਰ ਦਾ ਕਹਿਣਾ ਕਿ ਕਾਫੀ ਸਮਾਂ ਬੀਤ ਚੁੱਕਾ ਪਰ ਥਾਣਾ ਇੰਚਾਰਜ ਨਵਦੀਪ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਦੱਸਦੀ ਹੈ ਕਿ ਕੁਝ ਸਮਾਂ ਪਹਿਲਾਂ ਢਿੱਲੋਂ ਭਰਾਵਾਂ ਨੇ ਦਰਿਆ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ ਥਾਣਾ ਸਦਰ ਦੇ ਇੰਚਾਰਜ ਨਵਦੀਪ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਪਰ ਅਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੱਲ ਮਾਨਵ ਦਾ ਜਨਮ ਦਿਨ ਸੀ ਜਿੱਥੇ ਅਸੀਂ ਸਾਰਿਆਂ ਨੇ ਉਸਦਾ ਜਨਮ ਦਿਨ ਧੂਮ ਧਾਮ ਨਾਲ ਮਨਾਉਣਾ ਸੀ ਪਰ ਅੱਜ ਹਾਲਾਤ ਅਜਿਹੇ ਨੇ ਕਿ ਪਰ ਸਾਨੂੰ ਉਸਦੀ ਯਾਦ ਵਿੱਚ ਮੋਮਬੱਤੀ ਮਾਰਚ ਕੱਢਣਾ ਪੈ ਰਿਹਾ ਹੈ ਹੁਣ ਬਹੁਤ ਸਮਾਂ ਬੀਤ ਚੁੱਕਾ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਭਰਾਵਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ ਬਰੀਫ ਕਰ ਦੋ ਅੱਜ ਜੋ ਕੈਂਡਲ ਮਾਰਚ ਕੱਢ ਰਹੇ ਹੋ ਉਹਦੇ ਬਾਰੇ ਥੋੜਾ ਬਰੀਫ ਕਰ ਦੋ ਅੱਜ ਜੋ ਕੈਂਡਲ ਮਾਰਚ ਸਾਡੇ ਵੀਰ ਮਾਰਗ ਤੇ ਲਦਾ ਕੱਲ ਬਰਥਡੇ ਸੀ ਹਾਂਜੀ ਸਮੇਂ ਦੀ ਘਾਟ ਹੋਣ ਕਰਕੇ ਅਸੀਂ ਚੰਡੀਗੜ੍ਹ ਸੀ 17 ਨੂੰ ਡੇਟ ਸੀ ਤੇ ਮਾਰੇ ਹਾਈ ਕੋਰਟ ਨੇ ਉਹਨਾਂ ਦੀ ਬੇਲ ਰਿਜੈਕਟ ਕੀਤੀ ਹੈ ਠੀਕ ਹੈ ਜੀ ਆ ਤੁਸੀਂ ਪੜ ਸਕਦੇ ਹੋ ਅੱਜ 19 ਤਰੀਕ ਹੈ 18 ਅਕਤੂਬਰ ਦਾ ਮਾਨਵ ਢਿੱਲੋਂ ਦਾ ਬਰਥਡੇ ਸੀ ਕਿੱਥੇ ਢਿੱਲੋਂ ਪਰਿਵਾਰ ਨੇ ਖੁਸ਼ੀਆਂ ਮਨਾਉਣੀਆਂ ਤੇ ਅੱਜ ਸੂ ਬਣਾ ਰਹੇ ਆ ਤੇ ਪਰਿਵਾਰ ਲਈ ਦਰਦਰ ਧੱਕੇ ਖਾ ਰਹੇ ਆ ਇਨਸਾਫ ਦੀ ਗੁਹਾਰ ਲਾ ਰਹੇ ਆ ਪਰ ਸਾਡੀ ਤੁਹਾਡੇ ਮਾਧਿਅਮ ਰੇ ਇਹੀ ਬੇਨਤੀ ਹੈ ਜੋ ਸਾਡੇ ਨਵੇਂ ਐਸਐਸਪੀ ਸਾਹਿਬ ਆਏ ਨੇ ਉਹਨਾਂ ਕੀ ਇਹੀ ਅਰਦਾਸ ਕਰਦੇ ਆ ਵੀ ਢਿੱਲੋਂ ਪਰਿਵਾਰ ਦਾ ਦੁੱਖ ਸੁਣਿਆ ਜਾਵੇ ਅੱਜ ਲੋਕ ਉਹਨਾਂ ਦੇ ਇਨਸਾਫ ਲਈ ਬਿਲਕ ਰਹੇ ਆ ਕਮ ਸੇ ਕਮ ਇਹਨਾਂ ਨਾਲ ਦੇਖਿਆ ਜਾਵੇ ਸਾਡੇ ਨਾਲ ਦੇਖਿਆ ਜਾਵੇ ਅਸੀਂ ਪੂਰੇ 2 ਮਹੀਨੇ ਤੋਂ ਆਪਣਾ ਘਰ ਪਰਿਵਾਰ ਛੱਡ ਕੇ ਸੜਕਾਂ ਦੇ ਧੱਕੇ ਖਾ ਰਹੇ ਆ ਕੈਂਡਲ ਮਾਰਚ ਕਰ ਰਹੇ ਆ ਉਹਨਾਂ ਦੇ ਇਨਸਾਫ ਲਈ ਅਸੀਂ ਦਿਨ ਰਾਤ ਇੱਕ ਕੀਤਾ ਹੋਇਆ ਸਾਡੀ ਅੱਜ ਜਦੋਂ ਅਸੀਂ ਅੱਜ ਆ ਸਿਨੇਹਾ ਲਾਇਆ ਇਹ ਬਰਥਡੇ ਸਾਹਮਣੇ ਦੇਖੋ ਆ ਸਾਰੇ ਆ ਅਸੀਂ ਖੜੇ ਔਰ ਬੜੇ ਦੁੱਖ ਦੀ ਗੱਲ ਆ ਵੀ ਅੱਜ ਐਡਾ ਵੱਡਾ ਜਲੰਧਰ ਦੇ ਵਿੱਚ ਹਾਦਸਾ ਹੋਇਆ ਹੋਵੇ ਔਰ ਲੋਕਾਂ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਆ ਜਿਹੜੇ ਸਰੀਰ ਖੜੇ ਨੇ ਮੈਂ ਧੰਨਵਾਦ ਕਰਦਾ ਦਿਲੋਂ ਇਹਨਾਂ ਦਾ ਦਿਲੋਂ ਸਲਾਮ ਆ ਦਿਲੋਂ ਸਜਦਾ ਜੋ ਮੇਰੀਆਂ ਮਾਤਾ ਭੈਣਾਂ ਆ ਜਿੰਨੇ ਸਰੀਰ ਖੜੇ ਨੇ ਅਸਲੀ ਮਰਦ ਨੇ ਖੜੇ ਜਿਹੜੇ ਦੁੱਖ ਨਾਲ ਖੜੇ ਨੇ ਐਡਾ ਵੱਡਾ ਜਲੰਧਰ ਜ਼ਿਲ੍ਹਾ ਔਰ ਇਕੱਲੇ ਇਕੱਲੇ ਘਰ ਦੇ ਵਿੱਚ ਗੱਲ ਦਾ ਪਤਾ ਔਰ ਅੱਜ ਤਾਂ ਹੁਣ ਨੂੰ ਸਾਨੂੰ ਕਹਿਣ ਦੀ ਲੋੜ ਨਾ ਪੈਂਦੀ ਬਟ ਇਹ ਆ ਕਿ ਅਸੀਂ ਵੀ ਲੋਕਾਂ ਦਾ ਸਨਮਾਨ ਕਰਦੇ ਆ ਬਟ ਕੁਝ ਬੰਦੇ ਆਪਦੇ ਜੀਵਾਂ ਕਰਕੇ ਨਹੀਂ ਆ ਸਕੇ ਬਟ ਫਿਰ ਵੀ ਮੈਂ ਕਹਿੰਦਾ ਤੁਸੀਂ ਆ ਨਹੀਂ ਸਕਦੇ ਕਮ ਸੇ ਕਮ ਬੈਠੇ ਕੇ ਆਪਣੇ ਫੋਨ ਤੋਂ ਪੋਸਟ ਜ਼ਰੂਰ ਪਾ ਸਕਦੇ ਫੋਨ ਤੋਂ ਕਿਸੇ ਨੂੰ ਕਹਿ ਸਕਦੇ ਹੋ ਸਾਰਾ ਦਿਨ ਬੈਠੇ ਲੋਕਾਂ ਨੂੰ ਲਾਈਕ ਕਰੀ ਜਾਂਦੇ ਹੋ ਕੰਜਰਖਾਨਾ ਚੱਲ ਰਿਹਾ ਦੇਖ ਰਹੇ ਹੋ ਠੀਕ ਹੈ ਚਲੋ ਆਪਣੀ ਆਪਣੀ ਨੂੰ ਆਪਣਾ ਵਿਜ਼ਨ ਹੈ ਦੇਖਣ ਦਾ ਬਟ ਜੇ ਮਾੜਾ ਪਸੰਦ ਕਰਦੇ ਹੋ ਕੁਝ ਚੰਗਾ ਪਸੰਦ ਕਰਦੇ ਤੇ ਆ ਦੁੱਖ ਵੀ ਦੇਖੋ ਇਹਨੂੰ ਵਰਗੇ ਫਾਰਵਰਡ ਕਰੋ ਜੇ ਲੋਕਾਂ ਤੱਕ ਮੈਸੇਜ ਜਾਵੇ ਬੜੇ ਲੋਕ ਅੱਗੇ ਆਏ ਨੇ ਇਹ ਚੀਜ਼ ਦੇਖੀ ਅਸੀਂ ਤਾਂ ਨਿਆਣੇ ਆ ਸਾਡਾ ਨਾ ਸਰਕਾਰਾਂ ਨਾਲ ਅਸੀਂ ਮੱਥਾ ਲਾ ਸਕਦੇ ਨਾ ਪੁਲਿਸ ਪ੍ਰਸ਼ਾਸਨ ਨਾਲ ਮੱਥਾ ਲਾ ਸਕਦੇ ਪਰ ਇਹ ਸੱਚ ਨਾਲ ਖੜ ਕੇ ਸਭ ਨੇ ਮੱਥਾ ਲਾ ਲਿਆ ਬਹੁਤ ਲੋਕ ਅੱਜ ਉੱਠੇ ਨੇ ਔਰ ਤੁਹਾਡੇ ਮਾਧਿਅਮ ਰਹੀ ਇਹੀ ਬੇਨਤੀ ਆ ਵੀ ਅੱਜ ਐਸਾ ਕਦਮ ਚੱਕਾਂਗੇ ਲੋਕ ਉੱਠਣਗੇ ਕਮ ਸੇ ਕਮ ਕੋਈ ਆਵਾਜ਼ ਤਾਂ ਚੱਕੂਗਾ ਆਪਣੀ ਵਾਇਸ ਰੇਜ਼ ਕਰੋ ਤੁਹਾਡੇ ਮਾਧਿਅਮ ਰਹੀ ਇਹੀ ਬੇਨਤੀ ਆ ਅਸੀਂ ਭਰਾਵੇਂ ਲੜਾਈ ਲੜ ਰਹੇ ਆ ਇੰਨੇ ਸਰੀਰ ਸਾਡੇ ਨਾਲ ਖੜੇ ਨੇ ਸੱਚ ਦੇ ਖੜੇ ਨੇ ਇਹਨਾਂ ਦਾ ਵੀ ਪਰਿਵਾਰ ਆ ਇਹਨਾਂ ਦੇ ਵੀ ਕੋਈ ਜ਼ਿੰਦਗੀ ਆ ਇਹਨਾਂ ਨੂੰ ਵੀ ਹਰ ਬੰਦੇ ਨੂੰ ਆਪਣਾ ਡਰ ਹੁੰਦਾ ਜੋ ਲੋਕ ਨਹੀਂ ਪਹੁੰਚੇ ਉਹ ਡਰ ਰਹੇ ਨੇ ਵੀ ਪੁਲਿਸ ਦਾ ਕੰਮ ਆ ਜੀ ਸਾਨੂੰ ਆਹ ਨਾ ਪਾ ਦੇਣ ਸਾਨੂੰ ਕਿਸੇ ਚੱਕਰ ਤੇ ਨਾ ਪਾ ਦੇ ਸੋ ਇਸ ਕਰਕੇ ਡਰਨ ਦੀ ਲੋੜ ਨਹੀਂ ਅੱਗੇ ਆਓ ਜਦੋਂ ਤੁਸੀਂ ਦੋ ਬੰਦੇ ਤੁਰੋਗੇ ਨਾ ਚਾਰ ਹੁੰਦਾ ਹੁਣ ਲਈ ਕਾਫਲਾ ਬਣਦਾ ਕਾਫਲਾ ਖੜਾ ਤੁਹਾਡੇ ਸਾਹਮਣੇ ਆ ਕਾਫਲਾ ਬਣਿਆ ਔਰ ਇਹ ਚੀਜ਼ ਅੱਗੇ ਜਾਣੀ ਆ ਅਗਰ ਹੁਣ ਵੀ ਕਿਤੇ ਨਾ ਕਿਤੇ ਫੇਲੀਅਰ ਹੋਇਆ ਅੱਗੇ ਜੋ ਸਟੈਪ ਹੋਏਗਾ ਉਹਦੇ ਵਿੱਚ ਜਿਹੜੇ ਬੰਦੇ ਦੀ ਡਿਊਟੀ ਆ ਉਹਨਾਂ ਦਾ ਫੇਲੀਅਰ ਗਿਣਿਆ ਜਾਏਗਾ ਸੋ ਇਸ ਕਰਕੇ ਮੇਰੀ ਬੇਨਤੀ ਇਹੀ ਆ ਅੱਜ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ ਮਾਨਵ ਢਿੱਲੋਂ ਦਾ ਬਰਥਡੇ ਸੀ ਕੱਲ ਉਹਨਾਂ ਦੇ ਵਿਗ ਦੇ ਵਿੱਚ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਆ ਉਹਨਾਂ ਕਰਕੇ ਅਸੀਂ ਇਕੱਠੇ ਹੋਏ ਆ ਹੁਣ ਅਸੀਂ ਇੱਥੋਂ ਹੋਰ 5-10 ਮਿੰਟ ਦੇ ਵਿੱਚ ਤੁਰਨਾ ਵਾਇਆ ਸਕਾਈ ਲਾਰਕ ਤੇ ਅਸੀਂ ਗੁਰੂ ਨਾਨਕ ਮਿਸ਼ਨ ਜੋ ਗੁਰਦੁਆਰਾ ਸਾਹਿਬ ਉਹਨੇ ਸਮਾਪਤੀ ਕਰਨੀ ਹੈ ਪਰ ਤੁਹਾਡੇ ਆਇਆਂ ਦਾ ਸਾਰੇ ਮੀਡੀਆ ਦਾ ਧੰਨਵਾਦ ਸ਼ੁਰੂ ਕਿੱਥੋਂ ਕਰਨਾ ਤੁਸੀਂ ਆਪਣਾ ਯਾਦਗਾਰੀ ਦੇਸ਼ ਭਗਤ ਦੀ ਯਾਦਗਾਰੀ ਹਾਲ ਹੈ ਉੱਥੇ ਸ਼ੁਰੂ ਹੋ ਕੇ ਵਾਇਆ ਸਕਾਈ ਲਾਰਕ ਚੌਂਕ ਤੋਂ ਕਿਉਂਕਿ ਸਾਡਾ ਥੋੜਾ ਜਿਹਾ ਮਿਸਮੈਚ ਹੋ ਗਿਆ ਸੀ ਸਾਡਾ ਉੱਥੇ ਰਸ ਜ਼ਿਆਦਾ ਹੋਣ ਕਰਕੇ ਸਾਨੂੰ ਦੁਬਾਰਾ ਫਿਰ ਆਪਣੀ ਲੋਕੇਸ਼ਨ ਚੇਂਜ ਕਰਨੀ ਪਈ ਹੈ ਪਰ ਅੱਧੇ ਲੋਕ ਉੱਥੇ ਵੇਟ ਕਰ ਰਹੇ ਆ ਇਸ ਕਰਕੇ ਹੋਰ 5-7 ਮਿੰਟ ਦੇ ਵਿੱਚ ਅਸੀਂ ਨਿਕਲ ਰਹੇ ਹਾਂ ਦੋ ਏਵਨ ਮੀਡੀਆ ਚੈਨਲ ਲਈ ਜਲੰਧਰ ਤੋਂ ਨਰਿੰਦਰ ਗੁਪਤਾ ਦੀ ਖਾਸ ਰਿਪੋਰਟ